ਅੱਜ ਦਾ ਜੋ ਟੌਪਿਕ ਹੈ ਜੀ ਉਹ ਹੈ ਸੇਵਸ ਯੂਅਰ ਟਾਈਮ। ਕੋਈ ਕੁਛ ਵੀ ਇੱਦਾਂ ਦੀ ਐਕਟੀਵਿਟੀ ਡਿਸਕ੍ਰਾਈਬ ਸਮਥਿੰਗ ਦੈਟ ਸੇਵਸ ਯੂਅਰ ਟਾਈਮ, ਜਿਸ ਨਾਲ ਤੁਸੀਂ ਆਪਣਾ ਟਾਈਮ ਸੇਵ ਕਰਦੇ ਹੋ। ਸੋ ਕਹਿੰਦੇ ਉਹ ਐਕਟੀਵਿਟੀ ਕਿਹੜੀ ਹੈ ਆਪਾਂ ਉਹਨੂੰ ਅਲੈਬੋਰੇਟ ਕਰਾਂਗੇ, ਠੀਕ ਹੈ। ਕੁਛ ਵਕੈਵਰਡਸ ਦੱਸੇ ਜਾਣਗੇ, ਉਸ ਤੋਂ ਇਲਾਵਾ ਇਸਦੇ ਫੋਲੋਅਪਸ ਵੀ ਤੁਹਾਨੂੰ ਦੱਸੇ ਜਾਣਗੇ, ਜਿਸ ਨਾਲ ਤੁਸੀਂ ਆਪਣਾ ਬੈਂਡ ਸਕੋਰ ਬੂਸਟ ਅਪ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸੋ ਟੌਪਿਕ ਹੈ ਜੀ ਡਿਸਕ੍ਰਾਈਬ ਸਮਥਿੰਗ ਦੈਟ ਸੇਵਸ ਯੂਅਰ ਟਾਈਮ, ਵਟ ਇਟ ਇਜ਼, ਕਿਹੜਾ ਹੈ ਉਹ, ਜਿਹੜੀ ਵੀ ਤੁਸੀਂ ਐਕਟੀਵਿਟੀ ਕਰਦੇ ਹੋ। ਵੈਨ ਡੂ ਯੂ ਯੂਜਲੀ ਡੂ ਇਟ, ਤੁਸੀਂ ਯੂਜਲੀ, ਯੂਜਲੀ ਹੁੰਦਾ ਆਫਨਲੀ, ਅਕਸਰ ਕਦੋਂ ਕਰਦੇ ਹੋ। ਵਾਈ ਡੂ ਯੂ ਡੂ ਇਟ, ਅਤੇ ਤੁਸੀਂ ਕਿਉਂ ਕਰਦੇ ਹੋ। ਐਂਡ ਐਕਸਪਲੇਨ ਵਾਈ ਯੂ ਥਿੰਕ ਇਟ ਸੇਵਸ ਯੂਅਰ ਟਾਈਮ, ਅਤੇ ਤੁਹਾਨੂੰ ਕਿਉਂ ਲੱਗਦਾ ਕਿ ਇਹਦੇ ਨਾਲ ਤੁਹਾਡਾ ਟਾਈਮ ਹੈ ਜਿਹੜਾ ਸੇਵ ਹੁੰਦਾ। ਸੋ ਵਕੈਵਰਡਸ ਕਰਦੇ ਹਾਂ। ਫਸਟ ਹੈ ਨਿਊਮਰਸ, ਨਿਊਮਰਸ ਹੁੰਦਾ ਮੈਨੀ, ਬਹੁਤ ਜ਼ਿਆਦਾ। ਸੈਕਿੰਡ ਹੈ ਵਰਥਵਾਈਲ, ਵਰਥਵਾਈਲ ਮਤਲਬ ਕਿ ਪੋਜ਼ਿਟਿਵ ਰਿਜ਼ਲਟ, ਫਰੂਟਫੁੱਲ, ਜੋ ਬੈਨੀਫਿਸ਼ੀਅਲ ਹੋਵੇ। ਥਰਡ ਹੈ ਸ਼ੌਪਹੋਲਿਕ, ਸ਼ੌਪਹੋਲਿਕ ਹੁੰਦਾ ਜਿਸਨੂੰ ਸ਼ੋਪਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੋਵੇ, ਜਿਵੇਂ ਇਸੇ ਤਰ੍ਹਾਂ ਹੁੰਦਾ ਵਰਕਹੋਲਿਕ, ਜੋ ਬਹੁਤ ਜ਼ਿਆਦਾ ਲੌਂਗ ਆਰਸ ਵਰਕ ਕਰਦਾ ਹੋਵੇ। ਨੈਕਸਟ ਹੈ ਜੀ ਫੋਰਥ, ਬਿੱਗ ਚੰਕ, ਬਿੱਗ ਚੰਕ ਹੁੰਦਾ ਬਹੁਤ ਹਿਊਜ ਅਮਾਊਂਟ, ਠੀਕ ਹੈ, ਬਿੱਗ ਪ੍ਰਪੋਰਸ਼ਨ। ਨੈਕਸਟ ਹੈ ਰੈਕਮੈਂਡੇਸ਼ਨ, ਠੀਕ ਹੈ, ਸੁਜੈਸ਼ਨ ਨੂੰ ਕਿਹਾ ਜਾਂਦਾ, ਐਡਵਾਈਸ ਨੂੰ। ਨੈਕਸਟ ਫੈਂਟਾਸਟਿਕ, ਬਹੁਤ ਜ਼ਿਆਦਾ ਵਧੀਆ, ਅਮੇਜ਼ਿੰਗ। ਨੈਕਸਟ ਜੀ ਐਫਰਟਲੈਸਲੀ, ਕੋਈ ਐਫਰਟਸ ਨਾ ਕਰਨੇ ਪੈਣ ਜਿਸ 'ਚ ਤੁਹਾਨੂੰ, ਠੀਕ ਹੈ, ਵਿਦਆਊਟ ਐਨੀ ਹਾਰਡ ਵਰਕ। ਨੈਕਸਟ ਪ੍ਰੋਡਕਟਿਵ, ਪ੍ਰੋਡਕਟਿਵ ਹੁੰਦਾ ਬਹੁਤ ਵਧੀਆ ਤਰੀਕੇ ਨਾਲ। ਨਾਈਨਥ ਹੈ ਟਾਈਮ ਕੰਜ਼ਿਊਮਿੰਗ, ਜਿਸ 'ਤੇ ਬਹੁਤ ਜ਼ਿਆਦਾ ਟਾਈਮ ਲੱਗੇ। ਐਂਡ ਲਾਸਟ ਵਕੈਵਰਡ ਹੈ ਇੰਪਲਸਿਵ ਜਾਂ ਫਿਰ ਇੰਪੇਸ਼ੈਂਸ, ਇੰਪਲਸਿਵ ਉਹ ਹੁੰਦਾ ਹੈ ਜੋ ਜਿਸ 'ਚ ਬਿਲਕੁਲ ਵੀ ਪੇਸ਼ੈਂਸ ਨਾ ਹੋਵੇ, ਜਿਸ 'ਚ ਆਪਾਂ ਕਹਿ ਦਈਏ ਵੀ ਸਹਿਣ ਸ਼ਕਤੀ ਬਿਲਕੁਲ ਵੀ ਨਾ ਹੋਵੇ, ਵੀ ਬਰਦਾਸ਼ਤ ਛੇਤੀ ਉਹਨਾਂ ਨੂੰ ਐਂ ਹੋਵੇ ਵੀ ਕੋਈ ਵੀ ਕੰਮ ਕਰਨਾ ਜਲਦ ਤੋਂ ਜਲਦ। ਸੋ ਜੀ ਹੁਣ ਸਟਾਰਟ ਕਰਾਂਗੇ ਇਸਦੀ ਜਿਹੜੀ ਇੰਟਰੋਡਕਸ਼ਨ ਹੈ, ਕਿੱਦਾਂ ਟੌਪਿਕ ਬਣਾਉਣਾ ਹੈ। ਕਹਿੰਦੇ ਆਈ ਡੂ ਨਿਊਮਰਸ ਐਕਟੀਵਿਟੀਜ਼ ਡੇਲੀ, ਸਮ ਆਰ ਵਰਥਵਾਈਲ ਐਂਡ ਸਮ ਆਰ ਯੂਜ਼ਲੈਸ। ਹੁਣ ਡੇਲੀ ਆਪਾਂ ਬਹੁਤ ਸਾਰੀਆਂ ਐਕਟੀਵਿਟੀਜ਼ ਕਰਦੇ ਹਾਂ, ਕਹਿੰਦੇ ਕੁਝ ਤਾਂ ਬਹੁਤ ਵਧੀਆ ਹੁੰਦੀਆਂ ਨੇ ਜਿਹਦਾ ਰਿਜ਼ਲਟ ਵਧੀਆ ਮਿਲਦਾ, ਅਤੇ ਕੁਝ ਬਿਲਕੁਲ ਹੀ ਵੇਸਟ ਹੁੰਦੀਆਂ ਨੇ, ਯੂਜ਼ਲੈਸ ਹੁੰਦੀਆਂ ਨੇ। ਆਈ ਪਰਫੋਰਮ ਵੇਰੀਅਸ ਐਕਟੀਵਿਟੀਜ਼ ਜਸਟ ਫੋਰ ਫਨ, ਮੈਂ ਬਹੁਤ ਸਾਰੀਆਂ ਐਕਟੀਵਿਟੀਜ਼ ਪਰਫੋਰਮ ਕਰਦੀ ਹਾਂ ਜਸਟ ਫੋਰ ਫਨ ਦੇ ਲਈ। ਹੇਅਰ ਆਈ ਵੁੱਡ ਲਾਈਕ ਟੂ ਅਲੈਬੋਰੇਟ ਔਨ ਵਨ ਸੱਚ ਐਕਟੀਵਿਟੀ ਦੈਟ ਇਜ਼ ਇੰਟਾਇਰਲੀ, ਇੰਟਾਇਰਲੀ ਹੁੰਦਾ ਟੋਟਲੀ, ਸੇਵਿੰਗ ਮਾਈ ਕੁਆਲਿਟੀ ਟਾਈਮ, ਐਂਡ ਦੈਟ ਇਜ਼ ਔਨਲਾਈਨ ਸ਼ੋਪਿੰਗ। ਉਹ ਕੀ ਹੈ ਜੀ, ਕਹਿੰਦੇ ਉਹ ਔਨਲਾਈਨ ਸ਼ੋਪਿੰਗ ਹੈ, ਜਾਂ ਨਨ ਅਦਰ ਦੈਨ ਇਜ਼ ਔਨਲਾਈਨ ਸ਼ੋਪਿੰਗ। ਦ ਫੈਕਟ ਦੈਟ, ਕਹਿੰਦੇ ਕੀ ਹੈ, ਆਈ ਐਮ ਕੁਆਇਟ ਆ ਸ਼ੋਪਹੋਲਿਕ, ਠੀਕ ਹੈ, ਵੀ ਮੈਂ ਬਹੁਤ ਜ਼ਿਆਦਾ ਸ਼ੋਪਿੰਗ ਦਾ ਸ਼ੌਕੀਨ ਹਾਂ, ਫੌਂਡ ਆਫ ਸ਼ੋਪਿੰਗ, ਐਜ਼ ਆਈ ਲਵ ਟੂ ਵੇਅਰ ਨਿਊ ਆਊਟਫਿਟਸ, ਨਿਊ ਕਲੋਥਸ, ਫੁੱਟਵੇਅਰ ਐਂਡ ਅਸੈਸਰੀਜ਼ ਆਲ ਦਾ ਟਾਈਮ। ਸੋ ਕਹਿੰਦੇ ਆਲ ਦਾ ਟਾਈਮ ਮੈਨੂੰ ਕੁਝ ਨਾ ਕੁਝ ਲਾਈਕ ਐਂ ਹੁੰਦਾ ਕਿ ਕੁਝ ਨਿਊ ਹੋਵੇ। ਅਨਫੋਰਚੁਨੇਟਲੀ, ਬਦਕਿਸਮਤੀ ਨਾਲ ਜਾਂ ਦੁਰਭਾਗਿਆ ਸੇ, ਕਹਿੰਦੇ ਆਈ ਲਿਵ ਇਨ ਐਨ ਏਰੀਆ ਵੇਅਰ ਦੇਅਰ ਆਰ ਨੋ ਐਕਸੀਲੈਂਟ ਮਾਰਕੀਟਸ ਔਰ ਪਲੇਸਿਸ ਟੂ ਬਾਏ ਥਿੰਗਸ। ਕਹਿੰਦੇ ਬਦਕਿਸਮਤੀ ਨਾਲ ਮੈਂ ਇੱਦਾਂ ਦੇ ਏਰੀਆ 'ਚ ਰਹਿੰਦਾ ਜਿੱਥੇ ਜ਼ਿਆਦਾ ਮਾਰਕੀਟਸ ਨਹੀਂ ਹੈਗੀਆਂ। ਫੋਰ ਦੈਟ ਰੀਜ਼ਨ ਆਈ ਹੈਡ ਟੂ ਟਰੈਵਲ ਟੂ ਨੀਅਰ ਬਾਏ ਸਿਟੀ ਵਿਦ ਮਾਈ ਫਰੈਂਡਸ ਔਰ ਫੈਮਲੀ ਔਨ ਵੀਕੈਂਡਸ ਟੂ ਅਸੈਪਟ ਦਾ ਥਿੰਗਸ ਆਈ ਵਾਂਟਿਡ ਟੂ। ਜਿਹੜੀਆਂ ਚੀਜ਼ਾਂ ਮੈਨੂੰ ਚਾਹੀਦੀਆਂ ਹੁੰਦੀਆਂ, ਕਹਿੰਦੇ ਉਹ ਲੈਣ ਦੇ ਲਈ ਮੈਨੂੰ ਕਿਤੇ ਸਿਟੀ 'ਚ ਜਾਣਾ ਪੈਂਦਾ ਹੈ ਫਰੈਂਡਸ ਅਤੇ ਫੈਮਲੀ ਨਾਲ। ਸੋ ਚੰਡੀਗੜ੍ਹ ਇਜ਼ ਅਰਾਊਂਡ 200 ਕਿਲੋਮੀਟਰਸ ਫਰੋਮ ਮਾਈ ਹੋਮ ਟਾਊਨ। ਕਹਿੰਦੇ ਜਿਵੇਂ ਕਿ ਚੰਡੀਗੜ੍ਹ ਬਹੁਤ ਮਤਲਬ ਕਿ ਦੂਰ ਹੈ, ਸੋ ਦਿਸ ਵੇ ਆਈ ਯੂਜ਼ ਟੂ ਵੇਸਟ ਬਿੱਗ ਚੰਕ ਆਫ ਟਾਈਮ। ਤਾਂ ਮੇਰਾ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਹੈ ਜਸਟ ਕਾਹਦੇ ਲਈ, ਟਰੈਵਲਿੰਗ ਦੇ ਲਈ, ਠੀਕ ਹੈ, ਜਸਟ ਟਰੈਵਲਿੰਗ ਟੂ ਦਿਸ ਪਲੇਸ। ਸੋ ਵਿੱਚ ਮੇਡ ਮਾਈ ਸ਼ੋਪਿੰਗ ਐਕਸਪੀਰੀਅੰਸ ਕੁਆਇਟ ਅਨਕੰਫਰਟੇਬਲ ਐਂਡ ਟਾਇਰਿੰਗ। ਸੋ ਡੈਫੀਨੇਟਲੀ ਅਗਰ ਤੁਸੀਂ ਕਿਤੇ ਹੋਰ ਸਿਟੀ 'ਚ ਦੂਰ ਜਾ ਰਹੇ ਹੋ ਸ਼ੋਪਿੰਗ ਕਰਨ ਲਈ, ਆਉਣ ਜਾਣ 'ਤੇ ਤੁਹਾਡਾ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ। ਸੋ ਕਹਿੰਦੇ ਫਿਰ ਮੈਂ ਕੀ ਕੀਤਾ, ਬਟ ਸਮ ਟਾਈਮ ਅਗੋ ਔਨ ਮਾਈ ਫਰੈਂਡਸ ਰੈਕਮੈਂਡੇਸ਼ਨ, ਮੇਰੇ ਇੱਕ ਫਰੈਂਡ ਨੇ ਸਲਾਹ ਦਿੱਤੀ, ਆਈ ਸਟਾਰਟਡ ਟੂ ਬਾਏ ਥਿੰਗਸ ਔਨਲਾਈਨ, ਮੈਂ ਸ਼ੁਰੂ ਕੀਤੀਆਂ ਔਨਲਾਈਨ ਬਾਏ ਕਰਨੀਆਂ। ਹੀ ਇੰਟਰੋਡਿਊਸ ਮੀ ਟੂ ਐਮਾਜ਼ੋਨ, ਉਹਨੇ ਮੈਨੂੰ ਐਮਾਜ਼ੋਨ ਬਾਰੇ ਦੱਸਿਆ, ਅ ਫੈਂਟਾਸਟਿਕ ਪਲੈਟਫਾਰਮ ਵੇਅਰ ਆਈ ਕੈਨ ਬਾਏ ਆਲਮੋਸਟ ਐਨੀਥਿੰਗ। ਇਹ ਇੱਕ ਬਹੁਤ ਵਧੀਆ ਪਲੈਟਫਾਰਮ ਆ ਜਿੱਥੋਂ ਆਪਾਂ ਕੁਛ ਵੀ ਬਾਏ ਕਰ ਸਕਦੇ ਹਾਂ। ਦ ਗ੍ਰੇਟ ਥਿੰਗ ਅਬਾਊਟ ਐਮਾਜ਼ੋਨ ਇਜ਼ ਦੈਟ ਇਟ ਹੈਜ਼ ਅ ਵਾਈਡ ਵਰਾਇਟੀ, ਸਭ ਤੋਂ ਵਧੀਆ ਗੱਲ ਕੀ ਹੈ ਕਿ ਇੱਥੇ ਬਹੁਤ ਰੇਂਜ 'ਚ ਮਿਲ ਜਾਂਦਾ। ਐਂਡ ਈਵਨ ਕਹਿੰਦੇ ਵੀ ਕੈਨ ਬਾਏ ਬ੍ਰਾਂਡਿਡ, ਨੋਨ ਬ੍ਰਾਂਡਿਡ, ਲੋਕਲ ਐਂਡ ਦ ਐਟ ਦ ਸੇਮ ਟਾਈਮ ਕਹਿੰਦੇ ਇੰਟਰਨੈਸ਼ਨਲ ਪ੍ਰੋਡਕਟਸ ਸਿਟਿੰਗ ਇਨ ਦ ਕੰਫਰਟ ਆਫ ਆਰ ਹੋਮਸ। ਐਜ਼ ਅ ਰਿਜ਼ਲਟ ਆਈ ਨਾਓ ਆਈ ਡੋਂਟ ਹੈਵ ਟੂ ਟਰੈਵਲ ਟੂ ਅ ਡਿਫਰੈਂਟ ਪਲੇਸ ਫੋਰ ਸ਼ੋਪਿੰਗ, ਮੈਨੂੰ ਡਿਫਰੈਂਟ ਪਲੇਸਿਸ 'ਤੇ ਨਹੀਂ ਜਾਣਾ ਪੈਂਦਾ ਸ਼ੋਪਿੰਗ ਦੇ ਲਈ, ਠੀਕ ਆ। ਸ਼ੋਪਿੰਗ ਕਹਿੰਦੇ ਮੈਂ ਮਤਲਬ ਕਿ ਜੋ ਹੁਣ ਔਨਲਾਈਨ ਆ ਤਾਂ ਕਿਤੇ ਵੀ ਟਾਈਮ ਵੇਸਟ ਨਹੀਂ ਹੁੰਦਾ, ਠੀਕ ਆ।
The best part about buying things online is getting them replaced effortlessly. ਸਭ ਤੋਂ ਬੈਸਟ ਕੀ ਹੈ ਜਿਹੜਾ ਕਿ ਤੁਸੀਂ ਬਾਏ ਕਰਦੇ ਹੋ ਭਾਵੇਂ ਜੇ ਤੁਹਾਨੂੰ ਨਹੀਂ ਪਸੰਦ ਆਇਆ ਤਾਂ ਤੁਸੀਂ ਉਹਨੂੰ ਰਿਟਰਨ ਕਰ ਸਕਦੇ ਹੋ ਰਿਪਲੇਸ ਕਰ ਸਕਦੇ ਹੋ ਐਫਰਟਲੈਸਲੀ ਇਫ ਆਈ ਡੂ ਨਾਟ ਲਾਈਕ ਐਨੀ ਡਿਲੀਵਰਡ ਪ੍ਰੋਡਕਟ ਸੋ ਜੇ ਕਹਿੰਦੇ ਮੈਨੂੰ ਨਹੀਂ ਪਸੰਦ ਆਉਂਦਾ ਤਾਂ ਆਪਾਂ ਵਾਪਸ ਕਰ ਸਕਦੇ ਕੋਈ ਐਫਰਟਸ ਨਹੀਂ ਕਰਨੇ ਪੈਂਦੇ ਐਜ਼ ਆ ਰਿਜ਼ਲਟ ਨਾਓ ਆਈ ਕੈਨ ਸਪੈਂਡ ਮਾਈ ਵੀਕਐਂਡਸ ਮੋਰ ਪ੍ਰੋਡਕਟਿਵਲੀ ਸੋ ਹੁਣ ਮੈਂ ਆਪਣਾ ਵੀਕਐਂਡ ਹੈ ਜਿਹੜਾ ਕਹਿੰਦੇ ਵੀ ਬਹੁਤ ਪ੍ਰੋਡਕਟਿਵਲੀ ਵਧੀਆ ਵੇ ਨਾਲ ਉਹਨੂੰ ਸਪੈਂਡ ਕਰਦਾ ਓਵਰਆਲ ਦਿਸ ਇਜ਼ ਵਨ ਥਿੰਗ ਹੈਜ਼ ਸੇਵਡ ਆ ਲੋਟ ਆਫ ਟਾਈਮ ਐਂਡ ਆਈ ਹਾਈਲੀ ਰੇਕਮੈਂਡ ਅਦਰਸ ਹੂ ਫਾਈਂਡ ਸ਼ੋਪਿੰਗ ਆ ਟਾਈਮ ਕੰਜ਼ਿਊਮਿੰਗ ਐਕਟੀਵਿਟੀ ਕੰਸੀਡਰ ਬਾਇੰਗ ਥਿੰਗਸ ਔਨਲਾਈਨ ਅਤੇ ਮੈਂ ਹਮੇਸ਼ਾ ਦੂਜਿਆਂ ਨੂੰ ਵੀ ਕਹਿੰਦੇ ਇਹੀ ਸਲਾਹ ਦਿੰਦਾ ਵੀ ਜਿਨ੍ਹਾਂ ਨੂੰ ਟਾਈਮ ਕੰਜ਼ਿਊਮਿੰਗ ਲੱਗਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਸ਼ੋਪਿੰਗ 'ਤੇ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਤਾਂ ਉਹ ਔਨਲਾਈਨ ਨੂੰ ਹੀ ਅਪਣਾਉਣ ਸੋ ਇਹਦੇ ਫੋਲੋਅਪਸ ਕਰਦੇ ਹਾਂ ਫੋਲੋਅਪਸ ਹੈ ਜੀ ਫਸਟ ਆਰ ਯੂ ਗੁੱਡ ਐਟ ਔਰਗੇਨਾਈਜ਼ਿੰਗ ਟਾਈਮ ਤੁਸੀਂ ਗੁੱਡ ਹੋ ਔਰਗੇਨਾਈਜ਼ ਕਰਨ 'ਚ ਕਹਿੰਦੇ ਵੈਨ ਇਟ ਕਮਸ ਟੂ ਟਾਈਮ ਔਰਗੇਨਾਈਜੇਸ਼ਨ ਆਈ ਕਾਂਟ ਸਟੇ ਆਈ ਐਮ ਵਨ ਆਫ ਦੋਜ ਪੀਪਲ ਹੂ ਕੈਨ ਮੈਨੇਜ ਬਿਕੋਜ਼ ਆਫ ਟੂ ਮੈਨੀ ਡਿਊਟੀਜ਼ ਟੂ ਫੁਲਫਿਲ ਕਿਉਂਕਿ ਬਹੁਤ ਸਾਰੀਆਂ ਡਿਊਟੀਜ਼ ਹੁੰਦੀਆਂ ਰਿਸਪੋਂਸੀਬਿਲਟੀਜ਼ ਹੁੰਦੀਆਂ ਆਈ ਸਮਟਾਈਮਸ ਫਾਈਂਡ ਮਾਈ ਸੈਲਫ ਫੇਲਿੰਗ ਟੂ ਕੰਪਲੀਟ ਵਨ ਟਾਸਕ ਐਟ ਅ ਟਾਈਮ ਐਂਡ ਐਂਡ ਅਪ ਮਲਟੀ ਟਾਸਕਿੰਗ ਕਈ ਵਾਰ ਕਹਿੰਦੇ ਮੈਂ ਫੇਲੀਅਰ ਹੋ ਜਾਂਦੀ ਹਾਂ ਵੀ ਸਾਰੇ ਟਾਸਕ ਨਹੀਂ ਵੀ ਕਰ ਪਾਉਂਦੀ ਸੋ ਆਪਾਂ ਨੇ ਇਹਦਾ ਇਹ ਆਨਸਰ ਮਤਲਬ ਕਿ ਮਿਕਸ ਕਰਕੇ ਦਿੱਤਾ ਸੈਕਿੰਡ ਹੈ ਹਾਊ ਡੂ ਯੂ ਯੂਜਲੀ ਔਰਗੇਨਾਈਜ਼ ਟਾਈਮ ਤੁਸੀਂ ਯੂਜਲੀ ਆਪਣਾ ਟਾਈਮ ਕਿੱਦਾਂ ਔਰਗੇਨਾਈਜ਼ ਕਰਦੇ ਹੋ ਆਈ ਟਰਾਈ ਟੂ ਔਰਗੇਨਾਈਜ਼ ਮਾਈ ਟਾਈਮ ਬਾਈ ਯੂਜ਼ ਆਫ ਐਨ ਅਲਾਰਮ ਆਲਦੋ ਸਮਟਾਈਮਸ ਆਈ ਵਾਂਟ ਵਰਕ ਡਿਊ ਟੂ ਪਾਵਰ ਕੱਟਸ ਇਨ ਮਾਈ ਕੰਟਰੀ ਕਹਿੰਦੇ ਮੈਂ ਅਲਾਰਮ ਦੇ ਥਰੂ ਕਰਦੀ ਹਾਂ ਬਟ ਕਈ ਵਾਰ ਨਹੀਂ ਕਰ ਪਾਉਂਦੀ ਕਿਉਂਕਿ ਪਾਵਰ ਕੱਟਸ ਹੋ ਜਾਂਦੇ ਜਿਵੇਂ ਵਿੱਚ ਸਮਟਾਈਮਸ ਕੀਪ ਮੋਸਟ ਆਫ ਦਾ ਡਿਜੀਟਲ ਡਿਵਾਈਸਿਸ ਵਿਦ ਲੋ ਔਰ ਨੋ ਬੈਟਰੀ ਆਈ ਐਮ ਸਰਪ੍ਰਾਈਜ਼ਡ ਕਹਿੰਦੇ ਮੈਂ ਬਹੁਤ ਸਰਪ੍ਰਾਈਜ਼ਡ ਹਾਂ ਦੇਅਰ ਆਰ ਸਮ ਪੀਪਲ ਕੁਝ ਅਜਿਹੇ ਲੋਕ ਨੇ ਹੂ ਕੈਨ ਟਾਈਮ ਦੇਅਰ ਸੈਲਵਸ ਆਫ ਦਾ ਹੈੱਡ ਐਂਡ ਅਚੀਵ ਦੇਅਰ ਸੈੱਟ ਟਾਰਗੇਟਸ ਅਤੇ ਕਈ ਕਹਿੰਦੇ ਬਿਲਕੁਲ ਸਹੀ ਤਰੀਕੇ ਨਾਲ ਆਪਣਾ ਟਾਈਮ ਔਰਗੇਨਾਈਜ਼ ਕਰਦੇ ਆ ਅਤੇ ਆਪਣੇ ਜੋ ਵੀ ਉਹਨਾਂ ਨੇ ਏਮ ਇੱਥੇ ਹੁੰਦੇ ਆ ਉਹਨਾਂ ਨੂੰ ਕੰਪਲੀਟ ਕਰਦੇ ਆ ਥਰਡ ਹੈ ਹਾਊ ਵੁੱਡ ਯੂ ਟੀਚ ਯੂਅਰ ਚਿਲਡਰਨ ਟਾਈਮ ਮੈਨੇਜਮੈਂਟ ਤੁਸੀਂ ਕਿੱਦਾਂ ਕਹਿੰਦੇ ਟੀਚ ਕਰ ਸਕਦੇ ਹੋ ਸੋ ਟਾਈਮ ਮੈਨੇਜਮੈਂਟ ਕੈਨ ਬੀ ਟੋਟ ਟੂ ਚਿਲਡਰਨ ਬਾਏ ਹੈਲਪਿੰਗ ਦੈਮ ਮੇਕ ਆ ਟਾਈਮ ਟੇਬਲ ਬਣਾਇਆ ਜਾਵੇ ਐਂਡ ਇਨਸ਼ੋਰਿੰਗ ਦੈਟ ਦੇ ਫੋਲੋ ਇਟ ਅਤੇ ਉਹ ਉਸਨੂੰ ਫੋਲੋ ਵੀ ਕਰਨ ਇਹ ਨਹੀਂ ਕਿ ਟਾਈਮ ਟੇਬਲ ਬਣਾ ਕੇ ਰੱਖਤਾ ਕਿ ਹਾਂ ਮੈਂ ਸਟੱਡੀ ਕਰਨੀ ਆ ਇਹ ਟਾਈਮ ਬਟ ਉਹ ਤੁਸੀਂ ਫੋਲੋ ਨਹੀਂ ਕਰ ਰਹੇ ਆਲਸੋ ਚਿਲਡਰਨ ਕੈਨ ਲਰਨ ਈਜ਼ਲੀ ਫਰੋਮ ਸਟੋਰੀਜ਼ ਔਰ ਮੂਵੀਜ਼ ਸਟੋਰੀਜ਼ ਅਤੇ ਮੂਵੀਜ਼ ਤੋਂ ਸਿੱਖ ਸਕਦੇ ਆ ਵਿਚ ਟੀਚ ਦੈਮ ਆ ਲੈਸਨ ਅਬਾਊਟ ਦਾ ਇੰਪੋਰਟੈਂਸ ਆਫ ਟਾਈਮ ਐਂਡ ਮੈਨੇਜਿੰਗ ਇਟ ਵੈਲ The parents are role models for children and they should set a good example for their children. Even kehnde parents unna de role models hunde a oh ik example set kar sakde te children unna nu follow karan. Why do you think some people pay to learn time management? Kyon log pay karde a like time management karan de layi? Kehnde time management has become very important ya tusi keh sakde crucial in today's fast paced world. So people pay to ਕੀ ਕਰਦੇ ਨੇ ਕਹਿੰਦੇ ਸਮ ਪੀਪਲ ਪੇ ਟੂ ਟੇਕ ਕੋਰਸਿਸ ਔਨ ਟਾਈਮ ਮੈਨੇਜਮੈਂਟ ਉਹ ਪੇ ਵੀ ਕਰਦੇ ਨੇ ਸੋ ਦੈਟ ਦੇ ਕੈਨ ਸਕਸੀਡ ਐਂਡ ਐਗਜ਼ੈਲ ਐਟ ਦੇਅਰ ਵਰਕ ਤਾਂ ਕਿ ਉਹ ਸਕਸੈਸ ਹਾਸਿਲ ਕਰ ਸਕਣ ਸਮ ਪੀਪਲ ਆਰ ਨੋਟ ਵੈਰੀ ਗੁੱਡ ਐਟ ਔਰਗੇਨਾਈਜ਼ਿੰਗ ਐਂਡ ਮੈਨੇਜਿੰਗ ਟਾਈਮ ਸੋ ਦੇ ਨੀਡ ਟੂ ਟੇਕ ਅਪ ਕੋਰਸਿਸ ਔਨ ਮੈਨੇਜਿੰਗ ਟਾਈਮ ਵੈਲ ਸੋ ਦੈਟਸ ਵਾਈ ਕਿ ਉਹ ਸਾਰਾ ਕੁਛ ਵਧੀਆ ਮੈਨੇਜ ਕਰ ਪਾਉਣ ਇਸ ਲਈ ਉਹ ਪੇਡ ਕੋਰਸਿਸ ਵੀ ਲੈਂਦੇ ਆ ਸੋ ਨੈਕਸਟ ਕੁਸ਼ਚਨ ਹੈ Do old people and young people manage time in a similar way? ਕਿ old ਅਤੇ young people ਕਹਿੰਦੇ ਜਿਹੜਾ time ਆ ਉਹ similar way 'ਚ manage ਕਰਦੇ ਆ ਕਹਿੰਦੇ no. Old and young people do not manage their time in the same way. ਬਿਲਕੁਲ ਨਹੀਂ ਸੇਮ ਵੇ ਨਾਲ ਨਹੀਂ ਕਰਦੇ old people have more experience and they understand the importance of time management better than the young generation. ਕਹਿੰਦੇ ਉਹਨਾਂ ਨੂੰ experience ਹੁੰਦਾ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਜਿਹੜੀ time ਦੀ ਕਿੰਨੀ ਮਹੱਤਤਾ ਹੈ So the young people may be too impulsive or impatient. ਉਹਨਾਂ 'ਚ ਪੇਸ਼ੈਂਸ ਨਹੀਂ ਹੁੰਦੀ ਐਂਡ ਮੇ ਨੋਟ ਅੰਡਰਸਟੈਂਡ ਦਾ ਇੰਪੋਰਟੈਂਸ ਆਫ ਪਲੈਨਿੰਗ ਅਹੈਡ ਅਤੇ ਉਹ ਸਮਝ ਨਹੀਂ ਪਾਉਂਦੇ ਕਿ ਟਾਈਮ ਕਿੰਨਾ ਕੁ ਜ਼ਰੂਰੀ ਆ ਸੋ ਅਨਦਰ ਡਿਫਰੈਂਸ ਇਜ਼ ਦਾ ਵੇ ਦਾ ਯੰਗਰ ਜਨਰੇਸ਼ਨ ਮੈਨੇਜਿਸ ਟਾਈਮ ਸੋ ਅਨਦਰ ਡਿਫਰੈਂਸ ਕੀ ਆ ਦੇ ਮੇਕ ਮੋਰ ਯੂਜ਼ ਆਫ ਟੈਕਨੋਲੋਜੀ ਐਂਡ ਦਾ ਅਡਲਟ ਜਿਹੜੇ ਜਾਂ ਓਲਡ ਪੀਪਲ ਨੇ ਕਹਿੰਦੇ ਮੇ ਯੂਜ਼ ਦਾ ਟ੍ਰੈਡੀਸ਼ਨਲ ਮੈਥਡ ਯੰਗ ਕੀ ਆ ਟੈਕਨੋਲੋਜੀ ਮੈਥਡ ਯੂਜ਼ ਕਰਦੇ ਆ So like kende jive like a timetable or writing down a list of task so apne like write down karde ha so purana method follow karde ha so theek hai friends time management bahut zaruri hai agar tusi IELTS kar rahe ho ta ohde layi vi bahut zyada zaruri hai je tonu meri ajj di class vadhiya lagi like te comment karke zarur dassyo milde ha ji navi video de naal bye bye take care